ਅੱਛਾ ਜੀ ਗੁੱਡ ਮਾਰਨਿੰਗ ਸਭ ਸ਼ੀਸ਼ੇ ਸ਼ੁਸ਼ੇ ਜੰਮੇ ਪਏ ਗਏ ਇਹਨੂੰ ਸਾਫ ਕਰਕੇ ਫਿਰ ਜਾਂਦੇ ਕੰਮ ਤੇ ਆਹ ਹਾਲਾਤ ਜੇ ਅੰਦਰੋਂ ਜੰਮਿਆ ਪਿਆ ਸਭ ਤੇ ਆਹ ਸ਼ੀਸ਼ਾ ਹੁਣ ਜੇ ਆਪਾਂ ਬਟਨ ਥੱਲੇ ਕਰਦੇ ਹਾਂ ਨਾ ਤੇ ਥੱਲੇ ਨਹੀਂ ਹੋ ਰਿਹਾ ਦੇਖੋ ਜੰਮ ਗਿਆ ਤੇ ਆ ਵੀ ਇੱਥੋਂ ਤੱਕ ਟੈਂਪਰੇਚਰ ਥੱਲੇ ਹੋ ਜਾਂਦਾ ਤੇ ਸਵੇਰੇ ਸਵੇਰੇ ਬੜਾ ਔਖਾ ਹੁੰਦਾ ਕਈ ਵਾਰੀ ਜੋ ਕੰਮ ਤੇ ਜਾਣਾ ਹੋਵੇ ਤੇਲ ਪਵਾ ਲਈਏ